ਤੋਂ ਪਹਿਲੇ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਾਂਗਾ, ਔਰ ਉਹਨਾਂ ਨੂੰ ਹੀ ਨਹੀਂ ਮੈਂ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਾਂਗਾ ਔਰ ਪੂਰੇ ਯੂਕੇ ਵਾਲਿਆਂ ਨੂੰ ਵੀ ਐਪਰੀਸ਼ੀਏਟ ਕਰਾਂਗਾ, ਕਿਉਂਕਿ ਬੁਰੇ ਵਕਤ 'ਤੇ ਬੁਰੇ ਟਾਈਮ 'ਤੇ ਹਰ ਇਨਸਾਨ ਦੇ ਨਾਲ ਖਲੋਤੇ ਵਾ। ਠੀਕ ਹੈ, ਹਕੀਕਤ ਜਿਹੜੀ ਅੱਜ ਦੀ ਮੁਸਲਿਮ ਵੀਡੀਓ ਦੇ ਵਿੱਚ ਅਸੀਂ ਪੂਰੀ ਬਿਆਨ ਕਰਾਂਗੇ। ਅੱਛਾ, ਵਿੱਚ ਵੀਡੀਓ ਦਾ ਟੋਟੇ ਜਿਹੜੇ ਵਾ ਉਹ ਮੈਂ ਜਾਂ ਫਰੰਟ 'ਤੇ ਲਾ ਦਾਂਗਾ ਜਾਂ ਬੈਕ 'ਤੇ ਲਾ ਦਾਂਗਾ, ਅੱਗੇ ਕਰਕੇ ਲਾ ਦਾਂਗਾ। ਬਾਕੀ ਇੱਕ ਗੱਲ ਹੈ ਵਾ, ਇੱਥੇ ਉਹ ਧੋਖਾ ਟਾਈਮ ਸੀ ਮੇਰਾ ਬਹੁਤ ਜ਼ਿਆਦਾ, ਮੇਰੇ ਕੋਈ ਕੰਮ ਨਹੀਂ ਆਉਣਾ ਸੀਗਾ। ਅੱਛਾ ਜੀ, ਸਭ ਤੋਂ ਪਹਿਲੇ ਹੁਣ ਨਾ ਮਠਿਆਈ ਦਾ ਡੱਬਾ। ਹਾਂਜੀ, ਅਲੀ ਰਜ਼ਾ ਦੇ ਪਾਪਾ ਨਾ ਬੱਚਿਆਂ ਵਾਸਤੇ ਵੀ ਮਠਿਆਈ ਲਿਆ ਕੇ, ਬਹੁਤ ਜ਼ਿਆਦਾ ਪਹਿਲੇ ਪਰੇਸ਼ਾਨ ਸੀ, ਮਾਸ਼ਾ ਅੱਲਾਹ ਅੱਲਾਹ ਤਾਲਾ ਨੇ ਖੁਸ਼ੀ ਨੂੰ ਦਿਖਾਈ, ਅੱਜ ਮਾਸ਼ਾ ਅੱਲਾਹ ਖੁਸ਼ ਆ ਖੁਸ਼ ਇੱਕ ਗੁਲਾਮ ਅਹਿਮਦ ਭਾਈ ਸਾਡਾ ਛੋਟਾ ਬੇਟਾ ਵਾ, ਇਸ ਲਈ ਅਸੀਂ ਇਹ ਸਾਰੇ ਭਾਈਆਂ ਦੇ ਵਿਚਾਰ ਲਾ ਦੇ ਕਰੋ ਨਾ। ਚਲੋ ਜੀ, ਤੁਸੀਂ ਗੁਲਾਮ ਅਹਿਮਦ ਅਲੀ ਰਜ਼ਾ ਤੇ ਸਮੀਰ ਲਾ ਵੀ ਕਹਿ ਦਿੰਦੇ ਆ ਮੰਮਾ ਜੀ, ਸਭ ਤੋਂ ਪਹਿਲੇ ਭਾਈ ਨੂੰ ਚੀਜ਼ ਦੇ ਬਾਅਦ ਉਸ ਨੂੰ ਆਪੀ ਨੂੰ ਵੀ ਥੈਂਕ ਯੂ ਬੋਲੋ। ਆਪੀ ਬਹੁਤ ਬਹੁਤ ਥੈਂਕ ਯੂ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਅਸਲਾਮ ਅਲੈਕੁਮ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਅਸਲਾਮ ਅਲੈਕੁਮ। ਮੇਰੇ ਕਦਮ ਮੇਰੇ ਭੈਣ ਭਾਈ ਸਾਹਿਬ ਠੀਕ ਹੋਣਗੇ, ਅੱਲਾਹ ਤੈਨੂੰ ਖੁਸ਼ ਰੱਖੇ, ਸਾਡੋ ਬਾਦ ਰੱਖੇ, ਹਾਰ ਆਉਣ ਵਾਲੇ ਦੁੱਖ ਤੋਂ ਨਿਜਾਤ ਦੇ। ਇਸੇ ਪਿਆਰੀ ਸੀ ਦੁਆ ਨਾਲ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ। ਅਤੇ ਅੱਜ ਹੱਜ ਦਾ ਜੁਮੇ ਦਾ ਦਿਨ ਹੈ ਅਤੇ ਪਹਿਲੇ ਹੱਜ ਦਾ ਪਹਿਲਾ ਹੱਜ ਪਹਿਲਾ ਜੁਮਾ। ਬਹੁਤ ਬਹੁਤ ਮੇਰੇ ਭੈਣ ਭਾਈਆਂ ਨੂੰ ਮੇਰੀ ਤਰਫੋਂ, ਮੇਰੀ ਫੈਮਿਲੀ ਤਰਫੋਂ ਜੁਮਾਤੁਲ ਮੁਬਾਰਕ। ਅਤੇ ਅੱਲਾਹ ਤਾਲਾ ਤੰਦਰੁਸਤੀ ਦੇਵੇ, ਸਿਹਤ ਦੇਵੇ, ਜਿਹੜੇ ਬਿਮਾਰ ਅੱਲਾਹ ਤਾਲਾ ਉਹਨਾਂ ਨੂੰ ਸ਼ਿਫਾਏ ਕਾਮਲਾ ਤਾ ਫਰਮਾਵੇ, ਔਰ ਜਿਹੜੇ ਬੇਰੋਜ਼ਗਾਰ ਅੱਲਾਹ ਤਾਲਾ ਨੂੰ ਰਿਜ਼ਕ ਤਾ ਫਰਮਾਏ, ਜਿਹੜੇ ਬੇ ਔਲਾਦ ਅੱਲਾਹ ਤਾਲਾ ਉਹਨਾਂ ਨੂੰ ਇਸ ਜੁਮੇ ਦੇ ਸਦਕੇ ਨੇਕ ਸਾਲੀ ਔਲਾਦ ਤਾ ਫਰਮਾਵੇ। ਅਤੇ ਇਸੇ ਪਿਆਰੀ ਸੀ ਦੁਆ ਨਾਲ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ। ਅਤੇ ਵੀਡੀਓ ਸਕਿੱਪ ਨਹੀਂ ਕਰਨੀ, ਵੀਡੀਓ ਪੂਰੀ ਵਾਚ ਕਰਨੀ ਹੈ। ਵੀਡੀਓ ਸਾਡੀ ਕੁਛ ਇਸ ਤਰ੍ਹਾਂ ਵਾ ਕਿ ਪਿੱਛੇ ਸਾਡੀ ਵੀਡੀਓ ਆ ਰਹੀਆਂ ਸੀਗੀਆਂ ਕਿ ਮੈਂ ਵੀਡੀਓ ਮਸਲਨ ਘਰ ਦਾ ਕੰਮ ਰੋਕਿਆ, ਸਾਰਾ ਕੁਛ ਕੀਤਾ, ਔਰ ਉਹਦੇ ਵਿੱਚ ਦੱਸਦਾ ਪਿਆ ਸੀ ਕਿ ਮੈਨੂੰ ਨਾ ਥੋੜ੍ਹੀ ਜਿਹੀ ਮੈਂ ਟੈਨਸ਼ਨ ਦੇ ਵਿੱਚ ਫਸ ਚੁੱਕਿਆ ਵਾਂ, ਥੋੜ੍ਹੀ ਜਿਹੀ ਟੈਨਸ਼ਨ ਆ, ਠੀਕ ਹੈ ਨਾ। ਔਰ ਮੈਂ ਉਹ ਟੈਨਸ਼ਨ ਕਲੀਅਰ ਨਹੀਂ ਦੱਸ ਰਿਹਾ ਸੀਗਾ, ਕਿਉਂ ਕਿਉਂਕਿ ਮੈਂ ਪਹਿਲੇ ਕਹਿੰਦਾ ਸੀਗਾ ਕਿ ਮੇਰੀ ਉਹ ਟੈਨਸ਼ਨ ਕਲੀਅਰ ਹੋਵੇ, ਕਲੀਅਰ ਹੋਏਗੀ ਤਾਂ ਫਿਰ ਇਨਸ਼ਾਅੱਲਾ ਭੈਣ ਭਾਈਆਂ ਨਾਲ ਬੈਠ ਕੇ ਸਾਰਾ ਦੱਸਾਂਗੇ, ਠੀਕ ਹੈ। ਔਰ ਅੱਲਾਹ ਤਾਲਾ ਤੰਦਰੁਸਤੀ ਦੇਵੇ, ਸਿਹਤ ਦੇਵੇ ਸਾਡੀ ਭੈਣ ਆ, ਜਿਸ ਤਰ੍ਹਾਂ ਕਿ ਮੈਂ ਪਹਿਲੇ ਵੀਡੀਓ 'ਚ ਦੱਸਦਾ ਮੈਂ ਬਾਹਰ UK ਤੋਂ ਉਮੈਰ ਦੀ ਭੈਣ ਆ, ਮੇਰੀ ਭੈਣ, ਉਹਨੇ ਮੈਨੂੰ ਆਪਣੇ ਦਿਲੋਂ ਵੀਰ ਕਿਹਾ ਵਾ, ਮੈਂ ਵੀ ਉਹਨੂੰ ਦਿਲੋਂ ਭੈਣ ਕਿਹਾ ਵਾ। ਅੱਲਾਹ ਤਾਲਾ ਉਹਨਾਂ ਨੂੰ ਆਪਣੇ ਇਜ਼ਮਾਨ 'ਚ ਰੱਖੇ ਔਰ ਅੱਲਾਹ ਤਾਲਾ ਉਹਦੀਆਂ ਮੁਸ਼ਕਲਾਂ ਆਸਾਨ ਕਰੇ। ਸਭ ਤੋਂ ਪਹਿਲੇ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਾਂਗਾ, ਔਰ ਉਹਨਾਂ ਨੂੰ ਹੀ ਨਹੀਂ ਮੈਂ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਾਂਗਾ ਔਰ ਪੂਰੇ UK ਵਾਲਿਆਂ ਨੂੰ ਵੀ ਐਪਰੀਸ਼ੀਏਟ ਕਰਾਂਗਾ, ਕਿਉਂਕਿ ਬੁਰੇ ਵਕਤ 'ਤੇ ਬੁਰੇ ਟਾਈਮ 'ਤੇ ਹਰ ਇਨਸਾਨ ਦੇ ਨਾਲ ਖਲੋਤੇ ਵਾ। ਠੀਕ ਹੈ, ਅੱਲਾਹ ਤਾਲਾ ਸਭ ਨੂੰ ਮਾਸ਼ਾਅੱਲਾ ਸਾਡੇ ਦੁੱਖ ਵਿੱਚ ਵੀ ਸਾਡੇ ਨਾਲ ਖੜੀ ਹੋਈ ਹੈ। ਹਾਂਜੀ, ਆਪੀ ਨੇ ਬਹੁਤ ਜ਼ਿਆਦਾ ਸਾਡਾ ਸਾਥ ਦਿੱਤਾ, ਔਰ ਉਸ ਤੋਂ ਇਲਾਵਾ ਇੱਕ ਸਾਡੀ ਭੈਣ ਆ ਕਸ਼ਮੀਰ ਤੋਂ ਬਿਲੋਂਗ ਕਰਦੀ ਆ, ਅੱਲਾਹ ਤਾਲਾ ਉਹਨੂੰ ਵੀ ਤੰਦਰੁਸਤੀ ਦੇਵੇ, ਸਿਹਤ ਦੇਵੇ, ਅੱਲਾਹ ਤਾਲਾ ਉਹਨੂੰ ਆਪਣੇ ਜ਼ਮਾਨ 'ਚ ਰੱਖੇ, ਅੱਲਾਹ ਤਾਲਾ ਇਸ ਜੁਮੇ ਦੇ ਸਦਕੇ ਅੱਲਾਹ ਤਾਲਾ ਉਹਨਾਂ ਨੂੰ ਵੀ ਉਮਰਾ ਹੱਜ ਨਸੀਬ ਕਰੇ, ਅੱਲਾਹ ਤਾਲਾ ਉਹਨਾਂ ਦੀਆਂ ਵੀ ਦੁੱਖ ਤਕਲੀਫਾਂ ਦੂਰ ਕਰੇ। ਠੀਕ ਹੈ ਨਾ, ਉਹ ਵੀ ਕਸ਼ਮੀਰ ਤੋਂ ਬਿਲੋਂਗ ਕਰਦੀ ਆ ਔਰ ਰਹਿੰਦੀ UK ਦੇ ਵਿੱਚ ਆ, ਉਸ ਭੈਣ ਨੇ ਮਸਲਨ ਮੇਰੀ ਦਵਾਈ ਦਾਰੂ ਕਰਦੀ ਆ। ਠੀਕ ਹੈ ਨਾ, ਹਕੀਕਤ ਜਿਹੜੀ ਅੱਜ ਦੀ ਮਸਲਨ ਵੀਡੀਓ ਦੇ ਵਿੱਚ ਅਸੀਂ ਪੂਰੀ ਬਿਆਨ ਕਰਾਂਗੇ। ਅੱਛਾ ਜੀ, ਹਕੀਕਤ ਸਾਡੀ ਇਹ ਸੀਗੀ, ਬਿਨਾਂ ਟਾਈਮ ਵੇਸਟ ਕੀਤੇ ਕਰਦੇ ਹਾਂ ਹਕੀਕਤ ਆਪਣੀ ਸਟਾਰਟ। ਅਤੇ ਅਸੀਂ ਜਿਸ ਤਰ੍ਹਾਂ ਕਿ ਉੱਥੇ ਪਲਾਟ ਲਿਆ ਸੀ, ਪਲਾਟ ਉੱਥੋਂ ਲੈ ਕੇ ਇੱਥੇ ਆਏ ਵਾਂ, ਇਹ ਅਸੀਂ 12 ਮਰਲੇ ਮੇਰੇ ਬੱਚਿਆਂ ਦੇ ਬਣੇ ਵਾਂ, ਬਹੁਤ ਜ਼ਿਆਦਾ ਖੁਸ਼ ਸੀਗਾ। ਔਰ ਸਾਡੀ ਜਿਹੜੀ ਬਾਹਰ ਭੈਣ ਸੀਗੀ, ਠੀਕ ਹੈ ਨਾ, ਉਹਨੇ ਸਾਨੂੰ ਮਤਲਬ ਉੱਥੇ ਵੀ ਮਕਾਨਾਂ ਵਿੱਚ ਬਹੁਤ ਜ਼ਿਆਦਾ ਹੈਲਪ ਕੀਤੀ ਸੀ, ਫਿਰ ਇੱਥੇ ਵੀ ਸਾਨੂੰ ਮਕਾਨਾਂ ਦੇ ਮਕਾਨ ਉਹਨੇ ਨੇ ਬਣਵਾ ਕੇ ਦਿੱਤੇ, ਅੱਲਾਹ ਤਾਲਾ ਉਹਨੂੰ ਤੰਦਰੁਸਤੀ ਦੇਵੇ। ਠੀਕ ਹੈ, ਲੇਕਿਨ ਇਹ ਜਿਹੜੀ ਜਗ੍ਹਾ ਸੀਗੀ ਨਾ, ਜਗ੍ਹਾ ਮਤਲਬ ਅਸੀਂ ਲੈ ਲਈ ਵਿੱਚ ਨਾ,
ਜਦੋਂ ਅਸੀਂ ਲਈ ਸੀ ਨਾ ਇਹਦਾ ਮਸਲਾ ਸ਼ਡਿਊਲ ਘੱਟ ਸੀ, ਮਤਲਬ ਕੀਮਤ ਇਹਦੀ ਘੱਟ ਸੀਗੀ, ਠੀਕ ਹੈ ਨਾ। 12 ਮਰਲੇ ਮੈਂ ਬਣ ਗਏ, ਮੈਂ ਬਹੁਤ ਖੁਸ਼ ਸੀਗਾ ਕਿ ਮੇਰੇ ਬੱਚਿਆਂ ਦੇ 12 ਮਰਲੇ ਬਣ ਗਏ, ਲੇਕਿਨ ਇਹ ਨਸੀਬ ਸੀ ਮੇਰੇ ਇਹਨਾਂ ਬੱਚਿਆਂ ਦਾ, ਠੀਕ ਹੈ ਨਾ। ਔਰ ਹਰ ਟਾਈਮ ਦੁਆਵਾਂ ਕਰਦੇ ਆਪਣੀ ਫੁੱਫੋ ਵਾਸਤੇ, ਕਿਉਂ ਜੀ ਕਰਦੇ ਹੈ ਨਾ, ਜਿਵੇਂ ਨਮਾਜ਼ ਪੜ੍ਹ ਕੇ ਔਰ ਅਲਹਮਦੁਲਿਲਾ ਭੈਣਾਂ ਆਪਣੀ ਫੁੱਫੋ ਵਾਸਤੇ ਦੁਆ ਵੀ ਕਰਦੇ ਆ, ਦੋਨੋਂ ਫੁੱਫੋਆਂ ਵਾਸਤੇ ਦੁਆ ਕਰਦੇ ਆ, ਠੀਕ ਹੈ ਨਾ। ਉਹ ਮੇਰੀ ਮਾਂ ਬਣੀ ਸੀਗੀ ਬਾਹਰੋਂ UK ਤੋਂ, ਉਹਨਾਂ ਨੇ ਵੀ ਉਹ ਘਰ ਬਣਵਾਇਆ ਸੀ, ਅੱਲਾਹ ਤਾਲਾ ਉਹਨਾਂ ਨੂੰ ਵੀ ਕਿਤਨਾ ਵਾ ਇਹ ਉਸ ਚੀਜ਼ ਦਾ ਅਜਰ ਦੇਵੇ, ਠੀਕ ਹੈ। ਅਤੇ ਉਹਨਾਂ ਨੇ ਘਰ ਬਣਵਾਇਆ ਸੀ, ਲੇਕਿਨ ਅਸੀਂ ਉਹ ਜਦੋਂ ਘਰ ਦੇ ਕੇ ਅਸੀਂ ਇਹ ਘਰ ਲਿਆ ਵਾ, ਇਸ ਘਰ ਦੇ ਵਿੱਚ ਲੈਣ ਦੇ ਵਿੱਚ ਇਹਦੀ ਕੀਮਤ ਉਸ ਟਾਈਮ ਕੰਮ ਸੀਗੀ। ਅਸੀਂ ਇਹਨਾਂ ਬਿਆਨ ਦੇ ਬਾਰੇ ਉਹਨੂੰ ਕਹਿੰਦੇ ਸੀਗੇ ਬਾਈ ਨੂੰ ਕਿ ਚੱਲ ਬਿਆਨ ਦੇ ਦੇ, ਠੀਕ ਹੈ ਨਾ। ਉਹਨੇ ਆਖਿਆ ਤੁਸੀਂ ਨਾ ਇਸ ਤਰ੍ਹਾਂ ਕਰਨਾ, 10-12 ਦਿਨ ਤੁਹਾਡੇ ਕੋਲ ਮਹੀਨੇ ਤੱਕ ਨਾ ਜਿਵੇਂ ਪੈਸੇ ਬਣਨ ਨਾ ਤੁਸੀਂ ਆਪਣੇ ਨਾਲ ਬਿਆਨ ਲੈ ਲੈਣਾ। ਤੁਹਾਡੇ ਸਾਹਮਣੇ ਮੈਂ ਬਿਮਾਰ ਸ਼ਮਾਰ ਆ, ਹਾਰਟ ਪੇਸ਼ੈਂਟ ਆ, ਅਤੇ ਅੱਲਾਹ ਤਾਲਾ ਅੱਜ ਜੁਮੇ ਦੇ ਸਦਕੇ ਆਪਣੇ ਵਾਸਤੇ ਕਦੀ ਨਹੀਂ ਦੁਆ ਮੰਗੀ ਹੈਗੀ, ਅੱਜ ਜ਼ਿੰਦਗੀ 'ਚ ਪਹਿਲੀ ਦਫ਼ਾ ਮੰਗ ਰਿਹਾ, ਔਰ ਖੁਸ਼ ਵੀ ਇੰਨਾ ਵਾ, ਠੀਕ ਹੈ ਨਾ, ਕਿ ਅੱਲਾਹ ਤਾਲਾ ਇਸ ਜੁਮੇ ਦੇ ਸਦਕੇ ਮੈਨੂੰ ਵੀ ਤੰਦਰੁਸਤੀ ਦੇ ਦੇਵੇ, ਸਿਹਤ ਦੇ ਦੇਵੇ, ਕਿਉਂਕਿ ਮੈਂ ਵੀ ਇਹਨਾਂ ਜਿਹਨੂੰ ਦੁੱਖ ਨਾ ਉਹਨੂੰ ਹੀ ਪਤਾ ਵਾ ਕਿ ਉਹ ਕਿਸ ਤਰ੍ਹਾਂ ਦਿਨ ਰਾਤ ਕੱਢਦਾ ਪਿਆ ਵਾ, ਦਵਾਈਆਂ ਖਾ ਰਿਹਾ ਵਾ, ਕਿਸ ਤਰ੍ਹਾਂ ਕਰਨ ਦਿਆ, ਮਠਿਆਈ ਦਾ ਡੱਬਾ ਸਾਡੇ ਕੋਲ ਰੱਖ ਦੋ। ਹਾਂਜੀ, ਅਤੇ ਮੈਂ ਹਰ ਦਫ਼ਾ ਵੀਡੀਓ ਵਿੱਚ ਹਰ ਭੈਣ ਭਾਈ ਵਾਸਤੇ ਦੁਆ ਮੰਗਦਾ ਵਾਂ, ਔਰ ਵੈਸੇ ਵੀ ਦੀਸ ਦਾ ਕਹਿਣਾ, ਦੀਸ ਦੇ ਵਿੱਚ ਵੀ ਆ ਕੇ ਤੁਸੀਂ ਕਿਸੇ ਵਾਸਤੇ ਮੰਗੋ ਦੁਆ, ਠੀਕ ਹੈ ਨਾ, ਤੁਹਾਡੇ ਵਾਸਤੇ ਵੀ ਅੱਲਾਹ ਤਾਲਾ ਖੁਦ ਬੋ ਖੁਦ ਕਬੂਲ ਮਨਜ਼ੂਰ ਕਰ ਦਿੰਦਾ ਵਾ, ਠੀਕ ਹੈ ਨਾ। ਔਰ ਜ਼ਿੰਦਗੀ 'ਚ ਅੱਜ ਪਹਿਲੀ ਦਫ਼ਾ ਮੈਂ ਆਪਣੇ ਵਾਸਤੇ ਖੁਦ ਵਾਸਤੇ ਦੁਆ ਮੰਗੀ ਆ ਕਿ ਅੱਲਾਹ ਤਾਲਾ ਮੈਨੂੰ ਵੀ ਤੰਦਰੁਸਤੀ ਦੇ ਦੇਵੇ, ਸਿਹਤ ਦੇ ਦੇਵੇ, ਠੀਕ ਹੈ ਨਾ। ਕਿਉਂਕਿ ਜਿਹੜਾ ਹਾਰਟ ਪੇਸ਼ੈਂਟ ਹੁੰਦਾ ਵਾ ਉਹਨੂੰ ਪਤਾ ਕਿ ਉਹਦੇ ਨਾਲ ਕਿੱਦਾਂ ਬੀਤਦੀ ਵਾ, ਉਹ ਕੀ ਹਿਸਾਬ ਕਿਤਾਬ ਆ, ਕਿੱਦਾਂ ਉਹ ਦਵਾਈਆਂ ਖਾਂਦਾ। ਔਰ ਮੈਂ 2021 ਤੋਂ ਦਵਾਈਆਂ ਖਾਂਦਾ ਆ ਰਿਹਾ, 21, 22, 23, 24 4 ਸਾਲ ਹੋ ਗਏ ਲਗਾਤਾਰ ਦਵਾਈਆਂ ਖਾਂਦਾ ਆ ਰਿਹਾ। ਅੱਛਾ, ਅਤੇ ਅੱਛਾ ਜੀ, ਇਹ ਜਦੋਂ ਜਗ੍ਹਾ ਲੈ ਲਈ ਇਹਦੀ ਨਾ ਮਸਲ ਮਹੀਨਾ ਡੇਢ ਦਵਾ, ਜਿਹਨਾਂ ਦਾ ਯਕਦਮ ਸ਼ਡਿਊਲ ਵੱਧ ਗਿਆ, ਇਹਦੀ ਕੀਮਤ ਗਈ ਬੜ। ਜਦੋਂ ਕੀਮਤ ਵੱਧ ਗਈ ਅਸੀਂ, ਮੈਂ ਉਹਨਾਂ ਦੇ ਮਗਰ ਉਹਨਾਂ ਕੋਲ ਜਾਵਾਂ ਕਿ ਯਾਰ ਜਗ੍ਹਾ ਨਾਲ ਲਵਾ ਦਿਉ, ਮੈਨੂੰ ਨਹੀਂ ਪਤਾ ਸੀ ਇਹਦਾ ਸ਼ਡਿਊਲ ਵੱਧ ਗਿਆ, ਠੀਕ ਹੈ ਨਾ, ਮੈਨੂੰ ਜਗ੍ਹਾ ਪਾਸੇ ਆਣਨਾ, ਠੀਕ ਹੈ ਨਾ। ਬਹੁਤ ਘੁੰਮਿਆ ਫਿਰਿਆ, ਬਹੁਤ ਕੀੜੇ ਕੱਟੇ, ਠੀਕ ਹੈ ਨਾ। ਫਿਰ ਆਪਣਾ ਮਕਾਨ ਸ਼ੁਰੂ ਕਰ ਲਿਆ ਇੱਥੇ, ਠੀਕ ਹੈ ਨਾ, ਮਸਲਾ ਚਾਰ ਦੀਵਾਰੀ ਕੀਤੀ, ਇੱਧਰੋਂ ਵੀ ਕਰਦਾ ਰਿਹਾ ਨਾਲ ਨਾਲ, ਠੀਕ ਹੈ ਨਾ। ਪੈਸੇ ਉਨੇ ਕੀ ਮੈਨੂੰ ਪਤਾ ਸੀ ਇੰਨੇ ਕੀ ਲੱਗਣੇ ਆ ਮੇਰੇ, ਠੀਕ ਹੈ ਨਾ। ਮੈਂ ਉਸ ਹਿਸਾਬ ਦੇ ਨਾਲ ਜਦੋਂ ਮੈਨੂੰ ਮੇਨ ਰੋਲੇ ਦਾ ਵਿੱਚੋਂ ਪਤਾ ਲੱਗਾ ਕਿ ਮੇਰੀ ਜਗ੍ਹਾ ਦੀ ਇਸ ਟਾਈਮ ਕੀਮਤ, ਜਦੋਂ ਮੈਂ ਆਇਆ ਸੀ ਉਸ ਟਾਈਮ ਮੇਰੀ 1,00,000 ਤੋਂ ਕੀਮਤ ਥੱਲੇ ਸੀ, ਇਸ ਟਾਈਮ ਮੇਰੀ ਕੀਮਤ 1,00,000 ਤੋਂ ਉੱਤੇ ਚਲੇਗੀ। ਜਿਹੜਾ ਗੌਰਮੈਂਟ ਦਾ ਸ਼ਡਿਊਲ ਸੀਗਾ ਉਹ ਹੀ 1,00,000 ਤੋਂ ਉੱਤੇ, ਠੀਕ ਹੈ। ਉਹ ਉਹਨਾਂ ਦੇ ਦਿਲ ਦੇ ਵਿੱਚ ਮਸਲਨ ਉਹ ਕੀ ਕਹਿੰਦੇ ਵਾ ਕਿ ਪਾਕਿਸਤਾਨ, ਉਹਨਾਂ ਦੇ ਦਿਲ ਦੇ ਵਿੱਚ ਆ ਗਈ ਕਿ ਹੋ ਨਾ ਸਕੇ ਕਿ ਅਸੀਂ ਇਹ ਜਿਹੜਾ ਜਗ੍ਹਾ ਨਾ ਕਿਸੇ ਨਾ ਕਿਸੇ ਤਰੀਕੇ ਇਹ ਭੱਜਦਾ ਨੱਠਦਾ ਫਿਰਦਾ ਰੌਲਾ ਪਾਵੇ, ਠੀਕ ਹੈ ਨਾ, ਕੋਈ ਪੰਚਾਇਤ ਇਕੱਠੀ ਕਰੇ, ਕੋਈ ਬੰਦੇ ਇਕੱਠੇ ਕਰਨ, ਇੱਦਾਂ ਅਸੀਂ ਰੌਲਾ ਪਾ ਕੇ ਨਾ ਅਸੀਂ ਇਹਦੇ ਕੋਲ ਜਗ੍ਹਾ ਵਾਪਸ ਰੱਖ ਲਈਏ। ਲੇਕਿਨ ਅਲਹਮਦੁਲਿਲਾ ਜਗ੍ਹਾ ਸਾਨੂੰ ਜਦੋਂ ਮੈਨੂੰ ਪਤਾ ਚੱਲਿਆ ਨਾ, ਮੈਂ ਕਿਹਾ ਜਗ੍ਹਾ ਵਾਪਸ ਨਹੀਂ ਦੇਣੀ। ਇਹ ਮੇਰੇ ਬੱਚਿਆਂ ਦੀ ਨਸੀਬ ਸੀ ਕਿਉਂਕਿ ਇੰਨੀ ਦੇਰ ਦੀ ਪਈ ਕੀਮਤ ਨਹੀਂ ਵਧੀ ਹੈਗੀ, ਠੀਕ ਹੈ ਨਾ। ਮੇਰੇ ਬੱਚੇ ਆ ਕੇ ਬੈਠੇ, ਅਸੀਂ ਜਗ੍ਹਾ ਬਣਾਈ ਵਾ, ਨਾਲ ਹੀ ਆ ਜਿਹੜੇ ਇੱਥੇ ਮਹੱਲੇ ਵਾਲੇ ਨਾ ਕਹਿ ਰਹੇ ਸੀ, ਕਾਫੀ ਲੋਕਾਂ ਨੇ ਕਿਹਾ ਵੀ ਇਹ ਵਾਲਾ ਪਲਾਟ ਲੈਣ ਦੀ ਨਾ ਸਾਡੀ ਖੁਆਇਸ਼ ਸੀ, ਸਾਡੀ ਤਮੰਨਾ ਸੀ, ਮੈਂ ਕੀ ਪਤਾ ਸਾਡੇ ਨਸੀਬਾਂ ਸੀ, ਅੱਲਾਹ ਤਾਲਾ ਮੇਰੇ ਬੱਚਿਆਂ ਦੇ ਨਸੀਬਾਂ ਸੀ ਤਾਂ। ਹਾਂਜੀ, ਔਰ ਅੱਲਾਹ ਤਾਲਾ ਮੇਰੀ ਭੈਣ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਠੀਕ ਹੈ ਨਾ। ਉਹਨੇ ਸਾਡਾ ਬਹੁਤ ਜ਼ਿਆਦਾ ਮਤਲਬ ਇਸ ਚੀਜ਼ ਦੇ ਵਿੱਚ ਸਾਥ ਦਿੱਤਾ ਵਾ, ਠੀਕ ਹੈ। ਇਹ ਮੇਰੇ ਬੱਚਿਆਂ ਦੇ ਨਸੀਬ ਸੀਗੇ, ਮੈਂ ਲੇਕਿਨ ਟਿਲ ਲਾਇਆ ਮੈਂ ਕਿ ਮੈਂ ਇਹਦੇ ਵਿੱਚ ਰਹਿਮਾਨ ਭਾਈ, ਆਸਫ ਭਾਈ, ਠੀਕ ਹੈ ਨਾ, ਉਹਨਾਂ ਨੇ ਬਹੁਤ ਜ਼ਿਆਦਾ ਮਸਲਨ ਸਾਡੇ ਨੇ ਮੇਰੇ ਨਾਲ ਪੜ੍ਹ ਚੜ੍ਹ ਕੇ ਮਸਲਨ ਮੇਰੇ ਨਾਲ ਹਿੱਸਾ ਲਿਆ ਵਾ ਕਿ ਮੇਰੇ ਨਾਲ ਟੁਰਿਆ। ਮੈਂ ਬਿਮਾਰ ਬੰਦਾ, ਮੈਂ ਇਕੱਲਾ ਕਿਤੇ ਭੱਜ ਨੱਠ ਤਾਂ ਸਕਦਾ ਕੋਈ ਨਹੀਂ ਹੈਗਾ, ਮੇਰੇ ਨਾਲ ਗਏ ਵਾ, ਨਾਲ ਜਾ ਕੇ
ਸਾਰਾ ਉਹਨਾਂ ਨੇ ਕੰਮ ਮਸਲਨ ਉਹਨਾਂ ਨੇ ਕਰਵਾਇਆ, ਮੈਂ ਉਹਨਾਂ ਦਾ ਵੀ ਮਸਲਨ ਮੇਰੇ ਸਿਰ 'ਤੇ ਆਸਾਨ ਆ, ਸ਼ੁਕਰੀਆ ਦਾ ਉਹਨਾਂ ਦਾ ਵੀ ਮੈਂ ਕਰਦਾ ਔਰ ਐਪਰੀਸ਼ੀਏਟ ਵੀ ਉਹਨਾਂ ਨੂੰ ਕਰਦਾ ਵਾਂ। ਔਰ ਸਭ ਤੋਂ ਪਹਿਲੇ ਮੈਂ ਆਪਣੀ ਭੈਣ UK ਵਾਲੀ ਨੂੰ ਐਪਰੀਸ਼ੀਏਟ ਕਰਦਾ ਵਾਂ, ਉਹਨਾਂ ਨੇ ਮਸਲ ਜਦੋਂ ਹੁਣ ਸਾਡੇ ਨਾ ਬਣੇ ਨਾ ਜਦੋਂ ਸ਼ਡਿਊਲ ਦੇ ਪੈਸੇ ਬਣੇ ਉਸ ਟਾਈਮ ਮਸਲ ਥੋੜ੍ਹੇ ਬਣਦੇ ਸੀ, ਲੇਕਿਨ ਹੁਣ ਜਦੋਂ ਬਣਾਏ ਨਾ ਪੈਸੇ ਸਾਡੇ ਤਕਰੀਬਨ 1,15,000 ਦਾ ਸ਼ਡਿਊਲ ਸੀਗਾ ਇੱਥੇ ਦਾ, ਠੀਕ ਹੈ ਨਾ, ਅਤੇ ਉਸ ਹਿਸਾਬ ਦੇ ਨਾਲ ਮੈਂ ਸਮਝ ਲਓ ਕਿ 1,75,000 ਰੁਪਇਆ ਦੱਸਦਾ। ਮੈਂ ਅੱਜ ਤਾਈਂ ਕਦੀ ਵੀ ਵੀਡੀਓ ਦੇ ਵਿੱਚ ਕੀਮਤ ਨਹੀਂ ਦੱਸਿਆ, ਅੱਜ ਰੀਅਲ ਦੱਸਦਾ ਪਿਆ, ਠੀਕ ਹੈ ਨਾ। 1,75,000 ਰੁਪਇਆ ਉਸ ਭੈਣ ਨੇ ਮੈਨੂੰ ਭੇਜਿਆ ਸੀਗਾ ਜਗ੍ਹਾ ਨਾ ਕਰਾਉਣ ਵਾਸਤੇ, ਠੀਕ ਹੈ ਨਾ, 12 ਮਰਲੇ, ਠੀਕ ਹੈ ਨਾ। ਅਤੇ ਔਰ ਉਹ ਕੁਛ ਵਿੱਚੋਂ ਪੈਸੇ ਮੈਂ ਫੜੇ ਦੜੇ ਵਿੱਚੋਂ, ਠੀਕ ਹੈ ਨਾ, ਪੈਸੇ ਫੜ ਦੜ ਕੇ ਮੇਰਾ 2 ਲੱਖ ਦੇ ਨੇੜੇ ਜਾ ਪਹੁੰਚਿਆ ਖਰਚਾ, ਫੜੇ ਦੜੇ ਮੈਂ, ਠੀਕ ਹੈ ਨਾ। ਦੇਖੋ ਉਸ ਭੈਣ ਨੇ ਮੇਰੇ ਵਾਸਤੇ ਬਹੁਤ ਵੱਡਾ, ਅੱਲਾਹ ਤਾਲਾ ਨੂੰ ਇਸ ਚੀਜ਼ ਦਾ ਅਜਰ ਦੇਵੇ, ਬਹੁਤ ਵੱਡਾ ਕਦਮ ਚੱਕਿਆ, ਠੀਕ ਹੈ ਨਾ। ਉਹਨਾਂ ਨੇ ਆਖਿਆ ਗਫਾਰ ਬਾਈ ਸਾਰਾ ਕੁਛ ਇੱਕ ਸਾਈਡ 'ਤੇ, ਪਹਿਲੇ ਤੇਰੇ ਬੱਚਿਆਂ ਦੇ ਨਾ ਹੋਵੇ, ਸਾਹ ਦਾ ਪਤਾ ਕੋ ਨਹੀਂ, ਔਰ ਮੈਨੂੰ ਖੁਦ ਨੂੰ ਸਾਹ ਆਪਣੇ ਦਾ ਪਤਾ ਕੋ ਨਹੀਂ ਆ, ਬਿਮਾਰ ਹੈਗਾ ਕਿਸ ਟਾਈਮ ਚਲੇ ਜਾਣਾ, ਔਰ ਚੰਗੇ ਭਲੇ ਬੰਦੇ ਦਾ ਨਹੀਂ ਪਤਾ ਲੱਗਦਾ ਹੈਗਾ। ਅਤੇ ਮੈਂ ਤਾਂ ਵੈਸੇ ਹੀ ਧਿਆਨ ਪਤਾ ਭੈਣ ਭਾਈਆਂ ਨੂੰ ਕਿ ਮੈਂ ਜਿਸ ਤਰ੍ਹਾਂ ਕਿ ਆਪਣਾ ਮਸਲਨ ਦਵਾਈਆਂ ਖਾਂਦਾ ਵਾਂ ਜਿਵੇਂ ਚੱਲਿਆ ਫਿਰਦਾ, ਦਵਾਈਆਂ ਦੇ ਸਿਰ 'ਤੇ ਟੁਰਿਆ ਫਿਰਦਾ ਨਾ। ਅਤੇ ਬਾਕੀ ਮਠਿਆਈ ਦਾ ਡੱਬਾ ਲੈ ਗਿਆ, ਮਠਿਆਈ ਦਾ ਡੱਬਾ ਇੱਕ ਲੈ ਗਿਆ ਰਹਿਮਾਨ ਭਾਈ ਨੂੰ ਦਿੱਤਾ, ਇੱਕ ਮੈਂ ਅਸਫ ਭਾਈ ਨੂੰ ਦਿੱਤਾ, ਠੀਕ ਹੈ ਨਾ। ਔਰ ਮੇਰੀ ਭੈਣ ਜਿਹੜੀ ਆ ਬਾਹਰ ਦੀ, ਅਤੇ ਉਹਨੂੰ ਰਹਿ ਗਈ, ਉਹ ਵੀ ਇਨਸ਼ਾਅੱਲਾ ਜਦੋਂ ਪਾਕਿਸਤਾਨ ਆਈ ਉਹਨੂੰ ਇਨਸ਼ਾਅੱਲਾ ਮਠਿਆਈ ਖਵਾਵਾਂਗੇ, ਠੀਕ ਹੈ ਨਾ। ਅੱਲਾਹ ਤਾਲਾ ਉਹਨੂੰ ਤੰਦਰੁਸਤੀ ਦੇਵੇ, ਅੱਲਾਹ ਤਾਲਾ ਸਿਹਤ ਦੇਵੇ, ਅੱਲਾਹ ਤਾਲਾ ਇਹਨਾਂ ਨੂੰ ਇਸ ਚੀਜ਼ ਦਾ ਅਜਰ ਦੇਵੇ, ਠੀਕ ਹੈ। ਔਰ ਅਲਹਮਦੁਲਿਲਾ ਇਸ ਟਾਈਮ ਸਮਝ ਲਓ ਕਿ ਅਸੀਂ ਇਸ ਜਗ੍ਹਾ ਦੇ ਸਾਡੇ ਬਿਆਨ ਹੋ ਚੁੱਕੇ ਵਾ, ਠੀਕ ਹੈ ਨਾ। ਬਿਆਨ ਕਰਾ ਕੇ ਆ ਕੇ ਫਿਰ ਮੈਂ ਸੌ ਗਿਆ ਸੀਗਾ, ਠੀਕ ਹੈ ਨਾ, ਕੁਛ ਦੇਰ ਸੁੱਤਾ, ਕਿਉਂਕਿ ਸਾਰਾ ਦਿਨ ਸੁਬਾਹ ਤੋਂ ਲੈ ਕੇ ਤੁਹਾਨੂੰ ਪਤਾ ਭੈਣ ਭਾਈਆਂ ਨੂੰ ਕਿ ਇਹ ਜਿਹੜਾ ਕੰਮ ਹੁੰਦਾ ਨਾ, ਖੱਜਲ ਖੁਆਰੀ ਬਹੁਤ ਹੁੰਦੀ ਵਾ, ਭੱਜ ਦੌੜ ਸਾਰਾ ਕੁਛ, ਠੀਕ ਹੈ ਨਾ। ਫਿਰ ਜੁਮਾ ਪੜ੍ਹਨ ਚਲਾ ਗਿਆ, ਜੁਮਾ ਪੜ੍ਹ ਕੇ ਆ ਕੇ ਕੁਛ ਦੇਰ ਸਕੂਨ ਕੀਤਾ, ਸਕੂਨ ਕਰਕੇ ਅਤੇ ਹੁਣ ਬੈਠ ਕੇ ਵੀਡੀਓ ਬਣਾ ਰਹੇ ਹਾਂ। ਬਾਕੀ ਜਿਹੜੇ ਵੀਡੀਓ ਦਾ ਟੋਟੇ ਵਾ ਜਿੱਥੇ ਅਸੀਂ ਗਏ ਵਾਂ ਔਰ ਉਹ ਲੈ ਗਏ ਵਾਂ, ਇੱਥੇ ਮੈਂ ਵਿੱਚ ਵੀਡੀਓ ਦਾ ਟੋਟੇ ਜਿਹੜੇ ਵਾ ਉਹ ਮੈਂ ਜਾਂ ਫਰੰਟ 'ਤੇ ਲਾ ਦਾਂਗਾ ਜਾਂ ਬੈਕ 'ਤੇ ਲਾ ਦਾਂਗਾ, ਅੱਗੇ ਕਰਕੇ ਲਾ ਦਾਂਗਾ। ਅਤੇ ਬਾਕੀ ਅਲਹਮਦੁਲਿਲਾ ਮੈਂ ਐਪਰੀਸ਼ੀਏਟ ਕਰਦਾ ਵਾਂ ਉਸ ਭੈਣ ਨੂੰ, ਅਤੇ ਉਹਨੇ ਬਹੁਤ ਸਾਥ ਦਿੱਤਾ ਵਾ, ਠੀਕ ਹੈ। ਅੱਲਾਹ ਤਾਲਾ ਉਹਨਾਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਅੱਲਾਹ ਤਾਲਾ ਉਹਨਾਂ ਨੂੰ ਆਪਣੇ ਜ਼ਿਮਾਨ 'ਚ ਰੱਖੇ। ਬਾਕੀ ਇੱਕ ਗੱਲ ਹੈ ਵਾ, ਇੱਥੇ ਉਹ ਧੋਖਾ ਟਾਈਮ ਸੀ ਮੇਰਾ ਬਹੁਤ ਜ਼ਿਆਦਾ, ਮੇਰੇ ਕੋਈ ਕੰਮ ਨਹੀਂ ਆਉਣਾ ਸੀਗਾ, ਠੀਕ ਹੈ। ਲੇਕਿਨ ਉਸ ਭੈਣ ਨੇ ਨਾ ਮੇਰੇ ਨਾਲ ਬਹੁਤ ਜ਼ਿਆਦਾ ਅਹਿਸਾਸ ਕੀਤਾ, ਬਹੁਤ ਜ਼ਿਆਦਾ ਅਹਿਸਾਸ ਕੀਤਾ ਮੇਰੇ ਨਾਲ, ਠੀਕ ਹੈ। ਮੈਂ ਉਹਦਾ ਦੇਣ ਨਹੀਂ ਦੇ ਸਕਦਾ ਹੈਗਾ, ਅੱਲਾਹ ਤਾਲਾ ਉਹਨੂੰ ਇਸ ਚੀਜ਼ ਦਾ ਅਜਰ ਦੇਵੇ, ਅੱਲਾਹ ਤਾਲਾ ਉਹਦਾ ਦਿੱਤਾ ਹੋਇਆ ਆਪਣੀ ਬਾਰਗਾਹ 'ਚ ਕਬੂਲ ਮਨਜ਼ੂਰ ਫਰਮਾਵੇ, ਠੀਕ ਹੈ। ਅਤੇ ਬਹੁਤ ਜ਼ਿਆਦਾ ਉਸ ਭੈਣ ਨੇ ਅਹਿਸਾਸ ਕੀਤਾ ਔਰ ਮੇਰੇ ਬੱਚਿਆਂ ਦੀ ਜਗ੍ਹਾ ਬਚਾਈ ਵਾ, ਕਿਉਂਕਿ ਮੈਂ ਇੱਕ ਵਾਰੀ ਖੁਦ ਆਪ ਟੈਨਸ਼ਨ ਦੇ ਵਿੱਚ ਆ ਗਿਆ ਸੀਗਾ, ਮੈਂ ਆਪ ਟੈਨਸ਼ਨ ਦੇ ਵਿੱਚ ਆ ਗਿਆ ਸੀ। ਮੈਂ ਕਿਹਾ ਜੇ ਅਗਰ ਜਿਸ ਤਰ੍ਹਾਂ ਕਿ ਉਹ ਮਸਲਨ ਨਹੀਂ ਆ ਰਹੇ ਹੈਗੇ ਬਿਆਨਾਂ ਦੇ ਉੱਤੇ, ਇਹ ਨਾ ਹੋਵੇ ਕਿ ਸਾਨੂੰ ਜਗ੍ਹਾ ਵਾਪਸ ਕਰਨੀ ਪੈ ਜਾਵੇ। ਹਾਂਜੀ, ਕੁੱਕੜ ਲਿਆਂਦਾ ਵਾ, ਕੁੱਕੜ ਨਾ ਰੱਖਿਆ ਹੋਇਆ ਵਾ, ਠੀਕ ਹੈ ਨਾ, ਘਰ ਕੁੱਕੜ ਮਸਲਾਂ ਆਂਡਾ ਮੁੱਲ ਦੇ ਲਿਆਉਣੇ ਪੈਂਦੇ ਵਾ, ਕੁੱਕੜ ਲਿਆ ਕੇ ਰੱਖਿਆ ਵਾ, ਠੀਕ ਹੈ ਨਾ। ਅਤੇ ਉਹ ਅੱਜ ਨਵਾਂ ਹੀ ਲਿਆਂਦਾ ਵਾ ਅਤੇ ਵੱਧਾ ਹੋਇਆ ਵਾ, ਅਤੇ ਉਹ ਨਾ ਕਹਿੰਦਾ ਮੈਨੂੰ ਛੱਡ ਦਿਉ, ਮੈਂ ਕਿਹਾ ਇਹ ਨਾ ਹੋਵੇ ਨਾ ਬਾਹਰੋਂ ਨਿਕਲ ਜਾਵੇ। ਅਤੇ ਬਾਕੀ ਅੱਲਾਹ ਖੈਰ ਕਰੇ, ਅੱਲਾਹ ਤਾਲਾ ਉਹਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਅੱਲਾਹ ਤਾਲਾ ਉਹਨੂੰ ਆਪਣੇ ਜ਼ਮਾਨ 'ਚ ਰੱਖੇ, ਠੀਕ ਹੈ ਨਾ। ਅੱਲਾਹ ਤਾਲਾ ਉਹਨਾਂ ਨੂੰ ਇਸ ਚੀਜ਼ ਦਾ ਅਜਰ ਦੇਵੇ ਮੇਰੀ ਭੈਣ ਨੂੰ।
ਉਹਨੇ ਮੇਰੇ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਕੀਤਾ ਵਾ। ਅਤੇ ਲੇਕਿਨ ਇਸ ਚੀਜ਼ 'ਚ ਮੈਂ ਖੁਦ ਪਰੇਸ਼ਾਨ, ਮੈਂ ਜਿਸ ਤਰ੍ਹਾਂ ਕਿ ਗੱਲ ਦੱਸਣ ਦਿਆ ਸੀਗਾ ਕਿ ਖੁਦ ਪਰੇਸ਼ਾਨ ਹੋ ਗਿਆ ਸੀ ਕਿ ਯਾਰ ਜਗ੍ਹਾ ਨਾ ਵਾਪਸ ਜਾਵੇ, ਠੀਕ ਹੈ ਨਾ। ਉਹ ਕੀ ਕਹਿੰਦੇ ਹੁੰਦੇ ਆ ਕਿ ਮੁੜ ਘੋੜ ਕੇ ਖੁਦੀ ਬੋਰਡ ਥੱਲੇ, ਠੀਕ ਹੈ ਨਾ। ਉਹਨਾਂ ਦਾ ਜ਼ਹਿਨ ਸੀ ਕਿ ਉਹ ਵੀ 5 ਨੂੰ ਨਾ ਵਾਪਸ ਅਸੀਂ ਲਈਏ, ਕਿਉਂਕਿ ਉਹਦੀ ਅੱਜ ਵੀ ਕੀਮਤ ਉੱਥੇ ਖੜੀ ਹੋਈ ਆ, ਠੀਕ ਹੈ ਨਾ। ਇਹਦੀ ਕੀਮਤ ਉੱਤੋਂ ਮੇਰੇ ਬੱਚਿਆਂ ਦੇ ਨਸੀਬ। ਦੇਖੋ ਜੀ ਇਹਦੇ ਵਿੱਚ ਹੁੰਦਾ ਵਾ, ਦੇਖੋ ਇੰਨੀ ਦੇਰ ਦੀ ਨਹੀਂ ਹੋਈ ਹੈਗੀ, ਠੀਕ ਹੈ ਨਾ। ਟਾਊਨ ਨਹੀਂ, ਟਾਊਨ ਦੇ ਵਿੱਚ ਨਹੀਂ ਹੋਈ ਹੈਗੀ, ਠੀਕ ਹੈ ਨਾ। ਕੰਪਿਊਟਰਾਈਜ਼ ਦਾ ਸਾਨੂੰ ਪਤਾ ਸੀ ਕਿ ਕੰਪਿਊਟਰਾਈਜ਼ ਦਾ, ਲੇਕਿਨ ਅਲਹਮਦੁਲਿਲਾ ਜਦੋਂ ਅਸੀਂ ਆਏ ਵਾਂ, ਠੀਕ ਹੈ, ਅਤੇ ਟਾਊਨ ਦੇ ਵਿੱਚ ਆ ਗਈ। ਕੰਪਿਊਟਰਾਈਜ਼ ਤਾਂ ਪਹਿਲੀ ਸੀਗੀ, ਟਾਊਨ ਦੇ ਵਿੱਚ ਆ ਗਈ, ਠੀਕ ਹੈ ਨਾ। ਨਾਲ ਸ਼ਹਿਰ ਵੀ ਨਾਲ ਹੀ ਆ, ਇੰਨੀ ਦੂਰ ਨਹੀਂ ਹੈਗਾ। ਔਰ ਦੂਸਰੀ ਗੱਲ ਇਹ ਵਾ, ਮੇਰੇ ਸਸੁਰਾਲ ਵਾਲੇ ਇੱਥੋਂ ਨਜ਼ਦੀਕ ਆ, ਠੀਕ ਹੈ ਨਾ। ਮਾਸ਼ਾਅੱਲਾ ਪਿੰਡ 'ਚ ਇੱਥੇ ਨਾ ਵੀ ਹਰ ਚੀਜ਼ ਦੀ ਸਹੂਲਤ ਆ ਬਸ। ਹਾਂਜੀ, ਅਤੇ ਬੱਚੇ ਖੁਦ ਹੀ ਜਾ ਕੇ ਹਰ ਸ਼ਾਅ ਲਿਆਉਂਦੇ ਮਾਸ਼ਾਅੱਲਾ। ਬਾਕੀ ਦਿੱਲੀ ਰਜ਼ਾ ਇੰਨਾ ਬੜਾ ਹੋ ਗਿਆ, ਮੇਰਾ ਬੇਟਾ ਮੈਨੂੰ ਸਾਰੇ ਸਮਾਨ ਲਿਆ ਦਿੰਦਾ। ਹਾਂਜੀ, ਅਲਹਮਦੁਲਿਲਾ ਨਾਲ ਹੀ ਆਇਆ ਵਾ, ਰੋਡ ਦੇ ਉੱਤੇ ਸਾਰੀ ਸ਼ੈ ਮਿਲ ਜਾਂਦੀ ਵਾ, ਠੀਕ ਹੈ ਨਾ। ਆਪ ਨਹੀਂ ਵੀ ਕਿਤੇ ਜਾ ਸਕਦਾ ਆ ਸਕਦਾ ਹੈਗਾ, ਠੀਕ ਹੈ। ਬੱਚੇ ਨੂੰ ਭੇਜ ਦੇਈਦਾ, ਬਰਫ਼ ਲਿਆ, ਕੁਛ ਲਿਆ, ਕੋਈ ਚੀਜ਼ ਲਿਆ, ਉਹ ਜਾ ਕੇ ਨਾ ਲੈ ਜਾਂਦਾ ਵਾ, ਠੀਕ ਹੈ। ਬਾਕੀ ਅੱਲਾਹ ਤਾਲਾ, ਮੈਂ ਵੀਡੀਓ ਸਾਡੀ ਮਸਲ ਖੁਸ਼ੀ ਦੀ, ਸਾਨੂੰ ਇੰਨੀ ਕੁ ਖੁਸ਼ੀ ਹੈ ਨਾ, ਯਕੀਨ ਕਰੋ ਕਿ ਇੰਨੀ ਕੁ ਖੁਸ਼ੀ ਆ ਕਿ ਸਾਡੇ ਮਸਲ ਨਾ ਹੋ ਗਏ ਆ, ਬਿਆਨ ਹੋ ਗਏ ਵਾ, ਠੀਕ ਹੈ ਨਾ। ਅਲਹਮਦੁਲਿਲਾ, ਔਰ ਮੇਰੀ ਭੈਣ ਦੇਖੇਗੀ ਔਰ ਇਨਸ਼ਾਅੱਲਾ ਖੁਸ਼ ਹੋਏਗੀ, ਠੀਕ ਹੈ ਨਾ। ਮੈਂ ਇਸ ਵੀਡੀਓ ਦੇ ਵਿੱਚ ਕਲੀਅਰ ਕੱਟ ਆਪਣਾ ਖਰਚਾ ਵੀ ਦੱਸਿਆ ਕਿ ਮੇਰਾ ਇੰਨਾ ਖਰਚਾ ਆਇਆ, ਔਰ ਇਹ ਵੀ ਕਿ ਇਹ ਜਿਹੜੀ ਸਾਡੀ ਈਦ ਨਾ, ਮਸਲਨ ਅੱਗੇ ਸਾਡੀ ਮਸਲਨ ਈਦ ਆਉਂਦੀ ਹੈ ਨਾ, ਸਾਡੀ ਭੈਣਾਂ ਬਾਹਰ ਮੇਰੀ ਭੈਣ ਭੇਜਦੀ ਵਾ, ਮੇਰੇ ਬੱਚਿਆਂ ਵਾਸਤੇ ਈਦ, ਇਹ ਵੀ ਈਦ ਹੀ ਆ ਉਹਦੇ ਵਾਸਤੇ, ਠੀਕ ਹੈ ਨਾ ਸਰ। ਇਹ ਕਿਉਂਕਿ ਬਹੁਤ ਵੱਡਾ ਤੋਹਫ਼ਾ ਵਾ ਮੇਰੀ ਈਦ ਦਾ, ਮੇਰੀ ਭੈਣ ਨੇ ਸਰ ਮੇਰੇ ਬੱਚਿਆਂ ਨੂੰ ਦਿੱਤਾ, ਬਹੁਤ ਬੜਾ, ਠੀਕ ਹੈ ਨਾ। ਬਾਕੀ ਅੱਲਾ ਖੈਰ ਕਰੇ, ਇਸ ਈਦ 'ਤੇ ਜਿਹੜੇ ਗੁਲਾਮ ਮੁਹੰਮਦ ਇਹ ਸਾਰੇ ਕਹਿੰਦੇ ਸੀ ਕਿ ਕੱਪੜੇ ਲੈਣੇ ਆ, ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਕਰਨਾ, ਮੈਂ ਕਿਹਾ ਪੁੱਤ ਪੈ ਗਿਆ ਉਹ ਈਦ ਦੇ ਦਿਨਾਂ ਦੇ ਵਿੱਚ ਹੀ, ਤੇ ਅਲੀ ਦਾ ਪਾਪਾ ਨੂੰ ਪਰੇਸ਼ਾਨੀ ਬਣ ਗਈ, ਇਸ ਕੇ ਹੁਣ ਜਲਦ ਤੋਂ ਜਲਦ ਅਸੀਂ ਆਪਣੇ ਨਾਲ ਈਦ ਤੋਂ ਬਾਅਦ ਹੋਰ ਵੀ ਦੱਸ ਦਿੰਦਾ ਵਾਂ। ਈਦ ਤੋਂ ਬਾਅਦ ਆਸੂ ਕਿਹੜਾ ਮਹੀਨਾ ਆਣਾ, ਕਿਹੜਾ ਮਹੀਨਾ ਆਣਾ, ਜੂਨ, ਜੂਨ ਦੇ ਵਿੱਚ ਫਿਰ ਇਹਦੀ ਕੀਮਤ ਵੱਧਦੀ ਪਈ ਆ, ਔਰ ਫਿਰ ਸ਼ਡਿਊਲ ਇਹਦਾ ਵੱਧ ਜਾਣਾ ਵਾ। ਮਸਲਨ ਇਹ ਜਿਹੜਾ 2 ਲੱਖ ਹੀ ਸਾਡਾ ਕੰਮ ਹੋਇਆ ਨਾ, ਇਹ ਸਾਨੂੰ ਹੋਰ ਉੱਤੇ ਜਾਣਾ ਪੈਣਾ ਸੀ। ਅਸੀਂ ਤਾਂ ਕੋਸ਼ਿਸ਼ ਕਰਕੇ ਅਸੀਂ ਆਪਣਾ ਇਸ ਤੋਂ ਪਹਿਲੇ ਮਕਾਇਆ, ਔਰ ਬਿਆਨ ਹੋ ਚੁੱਕੇ ਵਾ ਅਲਹਮਦੁਲਿਲਾ। ਅੱਲਾ ਖੈਰ ਕਰੇ, ਅੰਗੂਠਾ ਲੱਗ ਚੁੱਕਿਆ ਵਾ ਉਹਨਾਂ ਦੇ ਵੀ, ਲੱਗ ਚੁੱਕੇ ਬਿਆਨ ਹੋ ਗਏ, ਠੀਕ ਹੈ ਨਾ। ਅਤੇ ਇਹਨਾਂ ਨੂੰ ਇੱਕੋ ਗੱਲ ਸਮਝਾਈ, ਮੈਂ ਕਿਹਾ ਪੁੱਤ ਕੋਈ ਨਹੀਂ, ਇਸ ਈਦ 'ਤੇ ਆਪਾਂ ਪਿਛਲੀ ਈਦ ਵਾਲੇ ਪਾ ਲੈਣੇ ਆ, ਲੇਕਿਨ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੈਗੀ, ਠੀਕ ਹੈ ਨਾ। ਜਿਹੜੀ ਸਾਨੂੰ ਇਹ ਖੁਸ਼ੀ ਮਿਲ ਗਈ ਕਿ ਸਾਡੇ ਬੱਚੇ, ਮੇਰੇ ਬੱਚਿਆਂ ਦੇ ਨਸੀਬ ਜਿਹੜੇ ਨਾ 12 ਮਰਲੇ ਮੇਰੇ ਬੱਚਿਆਂ ਦੇ ਨਾਂ ਹੋ ਗਏ। ਅਤੇ ਅੱਛਾ ਜੀ, ਸਭ ਤੋਂ ਪਹਿਲੇ ਹੁਣ ਨਾ ਮਠਿਆਈ ਦਾ ਡੱਬਾ। ਹਾਂਜੀ, ਅਲੀ ਰਜ਼ਾ ਦੇ ਪਾਪਾ ਨਾ ਬੱਚਿਆਂ ਵਾਸਤੇ ਵੀ ਮਠਿਆਈ ਲਿਆ ਕੇ, ਬਹੁਤ ਜ਼ਿਆਦਾ ਪਹਿਲੇ ਪਰੇਸ਼ਾਨ ਸੀ, ਮਾਸ਼ਾਅੱਲਾ ਅੱਲਾਹ ਤਾਲਾ ਨੇ ਖੁਸ਼ੀ ਨੂੰ ਦਿਖਾਈ, ਅੱਜ ਮਾਸ਼ਾਅੱਲਾ ਖੁਸ਼ ਆ ਖੁਸ਼, ਕਿਉਂਕਿ ਬਹੁਤ ਜ਼ਿਆਦਾ ਟੈਨਸ਼ਨ ਲੈ ਰਹੇ ਸੀ। ਟੈਨਸ਼ਨ ਤਾਂ ਹੁੰਦੀ ਆ, ਫਿਰ ਟੈਨਸ਼ਨ ਤਾਂ ਹੁੰਦੀ, ਸਾਰੀ ਗੱਲ ਆ, ਕੋਈ ਵੀ ਪਰੇਸ਼ਾਨੀ ਹੋਵੇ ਤਾਂ ਨਾ ਕੁਛ ਜ਼ਿਆਦਾ ਹੀ ਟੈਨਸ਼ਨ ਸੀ। ਲਓ ਜੀ ਮਾਸ਼ਾਅੱਲਾ ਮਠਿਆਈ ਦਾ ਡੱਬਾ, ਲਓ ਜੀ ਚੱਕੋ, ਸਭ ਤੋਂ ਪਹਿਲਾਂ ਖਾਏ ਚੱਕੋ। ਗੁਲਾਮ ਅਹਿਮਦ ਭਾਈ ਸਾਡਾ ਛੋਟਾ ਬੇਟਾ ਵਾ, ਇਸ ਲਈ ਵੈਸੇ ਹੈ ਸਾਰੇ ਭਾਈਆਂ ਦੇ ਗੁਲਾਮ ਚੈੱਕ ਵੀ ਕਰੋ ਨਾ। ਚਲੋ ਜੀ, ਤੁਸੀਂ ਗੁਲਾਮ ਅਹਿਮਦ ਅਲੀ ਰਜ਼ਾ ਤੇ ਸਮੀਰ ਲਾ ਵੀ ਕਹਿ ਦਿੰਦੇ ਆ ਮੰਮਾ ਜੀ, ਸਭ ਤੋਂ ਪਹਿਲਾਂ ਭਾਈ ਨੂੰ ਚੀਜ਼ ਦੇ ਬਾਅਦ ਉਸ ਨੂੰ ਆਪੀ ਨੂੰ ਵੀ ਥੈਂਕ ਯੂ ਕਰੋ। ਆਪੀ ਬਹੁਤ ਬਹੁਤ ਥੈਂਕ ਯੂ, ਬਹੁਤ ਜ਼ਿਆਦਾ ਖੁਸ਼ ਆ ਅਸੀਂ, ਸਾਡੀ ਜਗ੍ਹਾ ਵੀ ਸਾਡੇ ਨਾਵੇਂ ਹੋ ਚੁੱਕੀ ਆ ਮਾਸ਼ਾਅੱਲਾ। ਮਾਸ਼ਾਅੱਲਾ ਜੀ, ਅਲਹਮਦੁਲਿਲਾ, ਇਹ ਸਾਡਾ ਮਠਿਆਈ ਦਾ ਡੱਬਾ, ਠੀਕ ਆ।
ਤੇ ਬਾਕੀ ਅੱਲਾ ਖੈਰ ਕਰੇ। ਅਲੀ ਰਜ਼ਾ ਸਾਡੇ ਕੈਮਰਾਮੈਨ ਬਣੇ ਅਲੀ ਰਜ਼ਾ, ਅਲੀ ਰਜ਼ਾ ਨੇ ਅੱਲੇ ਖਵਾਣੀ ਅਲੀ ਰਜ਼ਾ ਨੂੰ। ਅਸੀਂ ਇੱਥੇ ਆਪਣੀ ਵੀਡੀਓ ਦਾ ਕਰਦੇ ਐਂਡ, ਕਿਉਂਕਿ ਅਸੀਂ ਇਨਸ਼ਾਅੱਲਾ ਗੁਆਂਢ ਵੀ ਲਿਆਇਆ, ਛੋਟਾ ਜਿਹਾ ਵਾ, ਛੋਟਾ ਜਿਹਾ ਏਡਾ ਹੀ ਡੱਬਾ ਮੈਂ ਅਸ ਭਾਈ ਨੂੰ ਲੈ ਕੇ ਖੁਸ਼ੀ ਦੇ ਵਿੱਚ ਦਿੱਤਾ ਵਾ, ਕਿਉਂਕਿ ਇੰਨੀ ਜਿੰਨੀ ਕਿ ਸਿਹਤ ਹੋਵੇ ਇਨਸਾਨ ਦੀ ਉਨਾ ਕੀ ਹੁੰਦਾ ਵਾ, ਠੀਕ ਹੈ, ਇੰਨਾ ਕੀ ਡੱਬਾ ਹੀ ਰਹਿਮਾਨ ਭਾਈ ਨੂੰ ਲੈ ਕੇ ਦਿੱਤਾ, ਠੀਕ ਹੈ ਨਾ। ਉਹ ਵੀ ਡੱਬਾ ਇੱਕ ਲੈ ਗਿਆ, ਇਹਦੇ ਵਿੱਚੋਂ ਗਮਸਾਇਆ ਨੂੰ ਵੀ ਮੂੰਹ ਮਿੱਠਾ ਕਰਾਵਾਂਗੇ ਔਰ ਬੱਚਿਆਂ ਦਾ ਵੀ ਕਰਾਇਆ। ਔਰ ਅੱਲਾ ਖੈਰ ਕਰੇ, ਇੱਥੇ ਅਸੀਂ ਆਪਣੀ ਵੀਡੀਓ ਦਾ ਕਰਦੇ ਐਂਡ, ਅਗਰ ਮੇਰੇ ਭੈਣ ਭਾਈਆਂ ਨੂੰ ਵੀਡੀਓ ਪਸੰਦ ਆਵੇ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਬਾਕੀ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮੇਰੀਆਂ ਢੇਰੋਂ ਦੁਆਵਾਂ ਵਾਂ ਉਸ ਭੈਣ ਵਾਸਤੇ ਜਿਹਨੇ ਸਾਡੇ ਨਾਲ ਇੰਨਾ ਮਸਲ ਮੇਰੇ ਬੱਚਿਆਂ ਵਾਸਤੇ ਸੋਚਿਆ ਵਾ। ਅਤੇ ਰਹੀ ਜ਼ਿੰਦਗੀ ਇਨਸ਼ਾਅੱਲਾ ਨੈਕਸਟ ਵੀਡੀਓ 'ਚ, ਔਰ ਇਨਸ਼ਾਅੱਲਾ ਹੁਣ ਡੇਲੀ ਸਾਡੀ ਵੀਡੀਓ ਆਇਆ ਕਰੇਗੀ, ਕਿਉਂਕਿ ਜਿਹੜੀ ਮੈਂ ਪਰੇਸ਼ਾਨੀ 'ਚ ਭੱਜਦਾ ਨੱਠਦਾ ਪਿਆ ਸੀ ਨਾ, ਸੁਬਾਹ ਉੱਠਦਾ ਸੀ ਸਾਰਾ ਦਿਨ ਸਾਡਾ ਇੱਦਾਂ ਹੀ ਭੱਜਦਾ ਨੱਠਦਾ ਲੰਘ ਜਾਂਦਾ ਸੀ, ਸੁਬਾਹ ਉੱਠਣਾ ਸਾਰਾ ਦਿਨ ਐਵੇਂ ਭੱਜਦਾ। ਉੱਥੇ ਵੀ ਜਾ ਕੇ ਬਿਨਾਂ ਬੰਦਿਆਂ ਨਾਲ ਮਿਲਣਾ ਸੀਗਾ ਤਾਂ ਫਿਰ ਗੱਲਬਾਤ ਹੋਣੀ ਸੀ, ਤੇ ਕਦੀ ਕੋਈ ਨਹੀਂ ਹੁੰਦਾ ਸੀ, ਕਦੀ ਕੋਈ ਨਹੀਂ ਹੁੰਦਾ ਸੀ, ਇਸ ਤਰ੍ਹਾਂ ਦੇ ਦਿਨ ਕਾਫੀ ਲੱਗ ਗਏ। ਕੋਈ ਬੰਦਾ ਚੱਕ, ਕਦੀ ਕਿਸੇ ਨੂੰ ਚੁੱਕ ਕੇ ਅੱਗੇ ਕਰ, ਕਦੀ ਕਿਸੇ ਨੂੰ ਚੁੱਕ ਕੇ ਅੱਗੇ ਕਰ, ਲੇਕਿਨ ਅਲਹਮਦੁਲਿਲਾ ਕੰਮ ਹੋ ਚੁੱਕਿਆ ਵਾ। ਅਤੇ ਰਹੀ ਜ਼ਿੰਦਗੀ ਇਨਸ਼ਾਅੱਲਾ ਨੈਕਸਟ ਵੀਡੀਓ 'ਚ, ਰੱਬ ਸੋਹਣੇ ਦੇ ਹਵਾਲੇ, ਦੁਆਵਾਂ 'ਚ ਯਾਦ ਰੱਖਣਾ ਔਰ ਇਨਸ਼ਾਅੱਲਾ ਅਸੀਂ ਵੀ ਦੁਆਵਾਂ 'ਚ ਯਾਦ ਰੱਖਾਂਗੇ। ਅੱਛਾ ਜੀ, ਮਾਸ਼ਾਅੱਲਾ ਅਲਹਮਦੁਲਿਲਾ, ਜਿਸ ਕੰਮ ਦਾ ਸਾਨੂੰ ਇੰਨੇ ਦਿਨਾਂ ਦਾ ਇੰਤਜ਼ਾਰ ਸੀ, ਅਲਹਮਦੁਲਿਲਾ ਅਲਹਮਦੁਲਿਲਾ, ਅੱਲਾ ਖੈਰ ਕਰੇ, ਅੱਜ ਸਾਡਾ ਕੰਮ ਹੋ ਚੁੱਕਿਆ ਵਾ। ਨਾਲ ਮੇਰੇ ਰਹਿਮਾਨ ਭਾਈ ਔਰ ਆਸਫ ਭਾਈ ਸਾਰੇ ਮੇਰੇ ਨਾਲ ਆ, ਅਸੀਂ ਆਏ ਵਾਂ ਔਰ ਅਲਹਮਦੁਲਿਲਾ ਸਾਡਾ ਕੰਮ ਰੈਗੂਲਰ ਹੋ ਚੁੱਕਿਆ, ਅੱਲਾ ਖੈਰ ਕਰੇ। ਹੁਣ ਇਨਸ਼ਾਅੱਲਾ ਬਾਕੀ ਦੀ ਡਿਟੇਲ ਘਰ ਜਾ ਕੇ ਦੱਸ ਦੇਵਾਂ। ਇਹ ਦੇਖੋ ਜਾ ਰਹੇ ਹੁਣ ਘਰ ਵਾਪਸੀ ਤੇ, ਅਤੇ ਇੱਥੋਂ ਅਸੀਂ ਮਸਲ ਅਦਾਲਤ ਦੇ ਵਿੱਚੋਂ ਵਾਪਸੀ ਨਿਕਲ ਚੁੱਕੇ ਵਾਂ। ਇੱਧਰ ਸਾਡਾ ਨਾ ਕੰਮ ਹੋ ਗਿਆ, ਮੈਂ ਇੱਧਰ ਮੋਬਾਇਲ ਫੜ ਕੇ ਦਿਖਾਉਂਦਾ ਵਾਂ ਕਿ ਇਹ ਦੇਖੋ ਅੰਗੂਠਾ ਮੇਰਾ ਲੱਗ ਚੁੱਕਿਆ ਵਾ, ਔਰ ਇੱਧਰੋਂ ਵੀ ਭਾਈ ਉਹਨਾਂ ਦਾ ਵੀ ਨਾ ਮਸਲ ਅੰਗੂਠੇ ਵਗੈਰਾ ਸਾਰਾ ਕੁਛ ਮਤਲਬ ਕਲੀਅਰ ਹੋ ਚੁੱਕਿਆ ਅਲਹਮਦੁਲਿਲਾ, ਔਰ ਅੱਲਾ ਦਾ ਲੱਖ ਲੱਖ ਸ਼ੁਕਰ ਹੈ। ਬਸ ਮੇਰੇ ਭੈਣ ਭਾਈਆਂ ਦੇ ਜਿੰਨੇ ਵੀ ਮੈਨੂੰ ਦੇਖਣ ਵਾਲੇ ਸੀਗੇ, ਸਭ ਨੇ ਦੁਆਵਾਂ ਮੇਰੇ ਵਾਸਤੇ ਕੀਤੀਆਂ, ਕਿਉਂਕਿ ਹਰ ਭਾਈ ਪਤਾ ਨਹੀਂ ਕਿਸ ਪਰੇਸ਼ਾਨੀ 'ਚ ਕਿਸ ਪਰੇਸ਼ਾਨੀ 'ਚ। ਬਾਕੀ ਇਨਸ਼ਾਅੱਲਾ ਜੋ ਵੀ ਗੱਲ ਹੋਏਗੀ ਇਨਸ਼ਾਅੱਲਾ ਘਰ ਜਾ ਕੇ ਫਿਰ ਦੱਸ ਕੇ। ਤਿੰਨ ਡੱਬੇ ਕਰਵਾ ਰਹੇ ਵਾ, ਇੱਕ ਡੱਬਾ ਜਿਹੜਾ ਵਾ ਘਰ ਵਾਸਤੇ ਲੈ ਕੇ ਜਾ ਰਹੇ ਹਾਂ, ਇੱਕ ਡੱਬਾ ਆਸਫ ਭਾਈ ਨੂੰ ਦੇਵਾਂਗੇ ਔਰ ਇੱਕ ਡੱਬਾ ਦੇਵਾਂਗੇ ਰਹਿਮਾਨ ਭਾਈ, ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਸਟਰਗਲ ਕੀਤੀ ਆ। ਪਹਿਲਾਂ ਅੱਲਾ ਖੈਰ ਕਰੇ, ਤਿੰਨ ਡੱਬੇ ਸਾਡੇ ਪੈਕ ਹੁੰਦੇ ਆ, ਪੈਕ ਕਰਵਾ ਕੇ ਲੈ ਕੇ ਨਾ ਚੱਲਦੇ। ਦੇਖੋ ਲਓ ਜੀ, ਮਾਸ਼ਾਅੱਲਾ ਅਲਹਮਦੁਲਿਲਾ, ਮਠਿਆਈ ਦੇ ਤਿੰਨੇ ਡੱਬੇ ਹੋ ਗਏ ਪਾਰਸਲ, ਅੱਲਾ ਖੈਰ ਕਰੇ। ਛਾਪਰ 'ਚ ਪਾ ਦਿਓ।